ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੈਲਥ ਸਿਸਟਮ ਬਹੁਤ ਵਿਗੜ ਚੁੱਕਾ ਹੈ। ਉਹਨਾਂ ਕਿਹਾ ਹੈ ਕਿ ਜਦੋਂ ਉਹਨਾਂ ਪੰਜਾਬ ਦੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ ਤਾਂ ਪੰਜਾਬ ਦੇ ਸਿਹਤ ਵਿਭਾਗ ਦੀਆਂ ਖਾਮੀਆਂ ਦਾ ਹੁਣ ਉਹਨਾਂ ਨੂੰ ਇਲਮ ਹੋਇਆ ਹੈ। ਉਹਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਦੇ ਸਿਹਤ ਵਿਭਾਗ ਦੀ ਇੰਨੀ ਦੁਰਦਸ਼ਾ ਹੋਈ ਹੈ। ਬ੍ਰਹਮ ਮਹਿੰਦਰਾ ਮੁਤਾਬਕ ਹਾਲਤ ਵਿੱਚ ਸੁਧਾਰ ਲਈ ਨਿੱਜੀ ਅਦਾਰਿਆਂ ਦੀ ਵੀ ਸਹਾਇਤਾ ਲਈ ਜਾਵੇਗੀ। ਜਿਹੜੇ ਬਿਊਰੋਕਰੈਟ ਹੁੰਦੇ ਆ, ਜਿਹੜੇ ਅਫਸਰ ਹੁੰਦੇ ਆ, ਉਹਨਾਂ ਕੋਲ ਸੋਰਸ ਆਫ ਇਨਫੋਰਮੇਸ਼ਨ ਬਹੁਤ ਥੋੜ੍ਹਾ ਹੁੰਦਾ, ਉਹਨਾਂ ਨਾਲ ਲੋਕਾਂ ਦੀ ਕੋਈ ਕਮਿਊਨੀਕੇਸ਼ਨ ਨਹੀਂ ਹੁੰਦੀ। ਮੈਂ ਜਿਵੇਂ ਮੈਂ 6 ਵਾਰ ਦਾ MLA, ਮੈਂ ਮੇਰੇ ਨਾਲ ਕਿੰਨੇ ਲੋਕਾਂ ਦੀ, ਬਿੱਟੂ ਜੀ ਬੈਠੇ ਨੇ ਮੇਰੇ ਨਾਲ, ਸਾਡੇ ਕੋਲ ਸਵੇਰੇ ਅਸੀਂ 500 ਬੰਦੇ ਨੂੰ ਮਿਲਣਾ 11 ਵਜੇ ਤੱਕ, 500 ਬੰਦੇ ਨੇ ਸਾਨੂੰ ਹਰ ਤਰ੍ਹਾਂ ਦੀ ਗੱਲ ਦੱਸਣੀ ਹੈ। ਰਿਲੈਕਸ ਕਰੋ, ਹੋਏਗਾ, ਟਾਈਮ ਦਿਓ ਸਾਨੂੰ ਥੋੜ੍ਹਾ। ਅਤੇ ਕੱਲ੍ਹ ਮੈਂ ਫੂਡ ਸੇਫਟੀ ਸਾਡੀ ਅਸੀਂ ਉਹਦੀ ਮੀਟਿੰਗ ਕੀਤੀ ਹੈ, ਰਿਵਿਊ ਕੀਤਾ ਮੈਂ ਸਾਰਾ, ਉਹਦੇ 'ਚ ਮੈਂ ਹਦਾਇਤ ਦਿੱਤੀ ਇਸ ਗੱਲ ਦੀ।